ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਜੀ ਗੁਲਾਮ ਮੁਹੰਮਦ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਇੱਕ ਅੱਛੀ ਅਤੇ ਬਿਹਤਰੀਨ ਵੀਡੀਓ ਲੈ ਕੇ ਆਵਾਂ। ਦੋਸਤੋ ਅੱਜ ਵੀ ਇੱਕ ਵੀਡੀਓ ਲੈ ਕੇ ਆਇਆਂ, ਇਹ ਵੀਡੀਓ ਤੁਸੀਂ ਵੇਖਣ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਇੱਕ ਲੱਗੇ ਬੈਲ ਆਈਕੋਨ ਨੂੰ ਕਰਨਾ ਪ੍ਰੈਸ ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਤੁਸੀਂ ਵੇਖੋ। ਸਭ ਤੋਂ ਪਹਿਲੇ ਆਪਣਾ ਇਮੋ ਨੰਬਰ ਅਤੇ ਵਟਸਐਪ ਦਾ ਨੰਬਰ ਹੈ 0348-0487-88। ਕੈਮਰਾਮੈਨ ਸਾਹਿਬ ਵਿਖਾਓ ਜ਼ਰਾ ਝੋਟੀ, ਮਾਸ਼ਾਅੱਲਾ ਜ਼ਰੂਰ ਪੜ੍ਹਨੀ, ਮਾਸ਼ਾਅੱਲਾ ਕਾਲੀ ਸ਼ਾਹ, ਕੱਦ ਚੰਗਾ ਜੂ ਮਾਸ਼ਾਅੱਲਾ, ਪਸ਼ਮ ਚੰਗੀ ਜਿਸਮ ਅਤੇ ਤੌਣ ਲੰਬੀ ਮਾਸ਼ਾਅੱਲਾ, ਕਾਲੀਆਂ ਸ਼ਾਹ ਅੱਖਾਂ, ਮੱਥੇ 'ਤੇ ਜਨਾਬ ਛੋਟੀ ਜਿਹੀ ਸਫੈਦ ਫੁੱਲੀ, ਸਿੰਘ ਜਨਾਬ ਮੁੰਦਰੀ ਰੰਗੇ, ਬਿਲਕੁਲ ਛੋਟਾ ਛੋਟਾ ਸਿੰਘ ਲੱਗਿਆ, ਅਤੇ ਬੂਥੀ ਜਨਾਬ ਗਲਾਸ 'ਚ ਪਾਣੀ ਪਿਓ, ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਤੁਹਾਡੇ ਵਾਸਤੇ। ਤੁਹਾਡਾ ਵੀਰ ਮਿਹਨਤ ਕਰਦਾ ਹੈ ਗੁਲਾਮ ਐਮ ਟੀ ਵੀ 'ਤੇ, ਇਸ ਵਾਸਤੇ ਪਿਓਰ ਨੀਲੀ ਦੀਆਂ ਜਨਾਬ ਸ਼ਨਾਖਤਾਂ ਰੱਖਿਆ ਕਰੋ। ਇਹਨੂੰ ਕਹਿੰਦੇ ਜਨਾਬ ਪਿਓਰ ਨੀਲੀ ਮਾਸ਼ਾਅੱਲਾ, ਕਾਲੀ ਸ਼ਾਹ ਅੱਖ, ਮਨ ਮਨ ਦੀ ਅੱਖ, ਮੱਥਾ ਜਨਾਬ ਬਿਲਕੁਲ ਥੋੜ੍ਹਾ ਜਿਹਾ ਨਿਸ਼ਾਨ ਸਫੈਦ ਫੁੱਲੀ, ਛੋਟਾ ਛੋਟਾ ਸਿੰਘ ਜਨਾਬ ਮੁੰਦਰੀ ਰੰਗਾ, ਅਤੇ ਜਨਾਬ ਇਹਦੀ ਨਾ ਕੌੜੀ ਨਾ ਧੁੰਨੀ, ਬਿਲਕੁਲ ਸਾਫ਼ ਸੁਥਰੀ ਮਾਸ਼ਾਅੱਲਾ। ਤਸੱਲੀ ਨਾਲ ਵਿਖਾਉਣੀ ਹੈ ਤਾਂ ਕਿ ਆਪਣੇ ਦੋਸਤਾਂ ਦੇ ਵੀਰਾਂ ਨੂੰ ਜਨਾਬ ਚਾਰ ਸਵੇਰੋਂ ਪਤਾ ਲੱਗੇ ਕਿ ਇਹਨੂੰ ਕਹਿੰਦੇ ਨੇ ਜਨਾਬ ਪਿਓਰ ਨੀਲੀ ਦਾ ਜਾਨਵਰ, ਕਿਉਂਕਿ ਮਿਹਨਤ ਕਰੀਦੀ, ਸਫ਼ਰ ਕਰੀਦਾ, ਫਿਰ ਦੋਸਤੋ ਤੁਹਾਡੇ ਵਾਸਤੇ ਪਿਓਰ ਨੀਲੀ ਦੇ ਜਾਨਵਰ ਆਪਣੇ ਗੁਲਾਮ ਅਹਿਮਦ ਟੀ ਵੀ 'ਤੇ ਤੁਹਾਨੂੰ ਮਿਲਣਗੇ। ਅਤੇ ਛੋਟੀ ਥੋੜ੍ਹੀ ਜਨਾਬ ਪੂਛਲ ਸਫੈਦ ਹੈ, ਬਾਕੀ ਪੱਧਰ ਹੈ ਜਨਾਬ ਇਹ ਕੱਢੀ ਦੀ ਹੈ, ਪਸ਼ਮ ਚੰਗੀ ਸੂ ਮਾਸ਼ਾਅੱਲਾ, ਪੁੱਠਾ ਚੌੜਾ ਜਨਾਬ। ਇਹ ਵਿਖਾਣੀ ਚੀਜ਼ਾਂ ਜਨਾਬ ਆਪਣੇ ਦੋਸਤਾਂ ਨੂੰ ਤਾਂ ਕਿ ਜਨਾਬ ਹੱਡੀ ਵਿਖਾਓ ਮਾਸ਼ਾਅੱਲਾ ਕਿੰਨੀ ਚੌੜੀ ਇਹਦੀ ਜਨਾਬ, ਇਹ ਕੱਢੀ ਹੈ ਕੰਢ ਮਾਸ਼ਾਅੱਲਾ, ਖੁੱਡੇ ਪੁੱਠੇ ਟਾਕਾਂ ਹਰ ਸ਼ਹੀ ਚੀਜ਼ ਵਿਖਾਓ। ਆਹ ਥੋੜ੍ਹੀ ਜਨਾਬ ਪੂਛਲ ਗਿੱਠ, ਸਵਾ ਡੇ ਗਿੱਠ ਜਨਾਬ ਸਫੈਦ ਹੈ, ਪਸ਼ਮ ਹੈ ਜਨਾਬ ਚੰਗੀ ਮਾਸ਼ਾਅੱਲਾ ਸੋਹਣੀ, ਹਰ ਚੀਜ਼ ਕੈਮਰੇ ਨਜ਼ਰ 'ਚ ਹੈ, ਛੋਟੀ ਜਨਾਬ ਵੱਖੀ ਹੈ, ਬਾਕੀ ਲੈਣੇ ਦੇਣੇ ਮੁਕੱਦਰ ਹੈ। ਦੋਸਤੋ ਤੁਹਾਡੇ ਵਾਸਤੇ ਜਨਾਬ ਹਰ ਰੋਜ਼ ਕੋਸ਼ਿਸ਼ ਕਰਕੇ ਅਨਮੋਲ ਹੀਰੇ ਲੱਭ ਲੱਭ ਕੇ ਲਿਆਈਦੇ ਨੇ। ਇਹ ਝੋਟੀ ਵੀ ਜਿਹੜੀ ਲਿਆਂਦੀ ਮਾਸ਼ਾਅੱਲਾ, ਹਰ ਚੀਜ਼ ਜਨਾਬ ਇਹਦੀ ਕੈਮਰੇ ਨਜ਼ਰ 'ਚ ਹੈ, ਕੱਦ ਚੰਗਾ ਮਾਸ਼ਾਅੱਲਾ, ਤੌਣ ਲੰਬੀ ਹੈ ਮਾਸ਼ਾਅੱਲਾ, ਬਰੀਕ ਬੂਥੀ ਹੈ, ਅਤੇ ਬਾਕੀ ਜਨਾਬ ਲੈਣੇ ਦੇਣੇ ਮੁਕੱਦਰ। ਦੋਸਤੋ ਤੁਹਾਡੇ ਵਾਸਤੇ ਹਰ ਰੋਜ਼ ਕੋਸ਼ਿਸ਼ ਕਰੀ ਦੀ ਅਤੇ ਫਿਰ ਜਨਾਬ ਲਿਆਈਦੇ ਨੇ। ਵਿਖਾਓ ਜਨਾਬ ਇਹਦਾ ਵਾਨਾ ਮਾਸ਼ਾਅੱਲਾ, ਥੱਬਿਆਂ ਦੇ ਇਹਦੇ ਵਾਨੇ ਨੇ ਮਾਸ਼ਾਅੱਲਾ, ਅਤੇ ਸੋਹਣਾ ਥਣ ਲੱਗਿਆ, ਤੈਨੂੰ ਚਾਚਾ ਜੀ ਫੜੇ ਨਾ ਮਾੜੇ ਜੀ, ਸੋਹਣਾ ਥਣ ਲੱਗਿਆ ਮਾਸ਼ਾਅੱਲਾ, ਅਤੇ ਮਰਲੇ ਮਰਲੇ ਦੀ ਵਿਰਲ ਹੈ, ਇਹਨੂੰ ਲਾ ਇੱਥੇ। ਵਿਖਾਓ ਜਨਾਬ ਹਵਾਨਾ ਇਹਦਾ, ਹਵਾਨਾ ਮਾਸ਼ਾਅੱਲਾ, ਥੱਬਿਆਂ ਦੇ ਹਵਾਨੇ ਇਹਦੇ, ਸੋਹਣਾ ਥਣ ਲੱਗਿਆ, ਅਤੇ ਗਿੱਠ ਗਿੱਠ ਦੀਆਂ ਵਿਰਲਾਂ, ਚੰਗਾ ਜਨਾਬ ਇਨਸ਼ਾਅੱਲਾ। ਬਾਕੀ ਮਜ਼ੀਦ ਪੁੱਛਾਂਗੇ ਮਾਲਕ ਕੋਲੋਂ ਜਨਾਬ ਇਹਦੀ ਕੀ ਹਿਸਾਬ ਕਿਤਾਬ ਹੈ, ਕੀ ਇਹਦੀ ਜ਼ਾਤ ਹੈ, ਕੀ ਨਸਲ ਹੈ, ਸਾਰੀਆਂ ਗੱਲਾਂ ਪੁੱਛਾਂਗੇ ਸਾਰੀਆਂ ਮਾਲਕ ਕੋਲੋਂ। ਟੁਰਦੀ ਫਿਰਦੀ ਵਿਖਾਈ ਦੀ ਤਾਂ ਕਿ ਜਨਾਬ ਪੈਚ ਕੋਈ ਕੰਡਾ ਛੰਡਾ ਨਹੀਂ, ਕਿਹਾ ਛੱਡ ਦੇ ਤੂੰ, ਛੱਡ ਦੇ ਤੁਰੀ ਫਿਰਨ ਦੇ, ਤੁਰੀ ਫਿਰਨ ਦੇ ਇਹਨੂੰ ਮੋਰ ਤਰ੍ਹਾਂ। ਬਾਕੀ ਪੁੱਛਾਂਗੇ ਜਨਾਬ ਮਾਲਕ ਕੋਲ, ਇੱਧਰ ਆਓ ਹਲਾਲਾ। ਅਸਲਾਮ ਅਲੈਕਮ। ਵਾਲੇਕੁਮ ਅਸਲਾਮ ਜੀ। ਭਾਈ ਕੀ ਹਾਲ ਹੈ ਤੇਰਾ? ਅਲਹਮਦੁਲਿਲਾ ਜੀ ਅੱਲਾ। ਇਹ ਜਿਹੜੀ ਤੇਰੀ ਝੋਟੀ ਜਨਾਬ ਕੈਮਰੇ ਨਜ਼ਰ ਟੁਰਦੀ ਫਿਰਦੀ ਪਈ ਹੈ, ਹਾਂਜੀ, ਇਹ ਆਪਣੀ ਘਰ ਦੀ ਹੈ ਜਾਂ ਵਪਾਰ ਦੀ? ਨਹੀਂ ਜੀ, ਘਰ ਦੀ ਹੈ। ਪੱਕੀ ਗੱਲ ਹੈ ਘਰ ਦੀ ਹੈ? ਪੱਕੀ ਗੱਲ ਜੀ, ਘਰ ਦੀ ਘਰ ਦੀ ਹੈ। ਅਤੇ ਇਹ ਕਿੰਨੇ ਕੁ ਦਿਨ ਲੈਂਦੀ ਹੈ? ਇਹ ਤਕਰੀਬਨ 10 ਕੁ ਦਿਨ ਲਓ ਜੀ। 10 ਕੁ ਦਿਨ ਲੈਂਦੀ ਹੈ? ਅਤੇ ਬਾਕੀ ਇਹਦੇ ਕੋਈ ਮਸਲਾ ਮਸਾਇਲ ਪਿੱਛਾ ਮਾਰਦੀ ਹੋਵੇ ਜਾਂ? ਨਾ ਜੀ ਨਾ, ਹਰ ਸ਼ੈ ਦੀ ਗਰੰਟੀ ਹੋਊ ਇਨਸ਼ਾਅੱਲਾ ਜੀ। ਥਣਾ ਇਹ ਕੋਈ ਘਾਟਾ ਵਾਧਾ ਮਰੋੜੀ ਗਿਲਟੀ ਭੋਰਾ ਨਹੀਂ ਜੀ ਇਨਸ਼ਾਅੱਲਾ। ਘਰ ਦੀ ਸਾਡੀ ਨਿੱਕੀ ਜੀ ਸਾਂਭੀ ਆ, ਇਹਦੇ ਸਿੰਘ ਵੇਖੋ ਜੀ, ਪੁੱਠਾ ਵੇਖੋ ਜੀ, ਥਣ ਵੇਖੋ, ਅੱਲਾ ਦੀ ਮਿਹਰਬਾਨੀ ਨਾਲ ਮੁੰਦਰੀ ਵਰਗੀ ਹੈ ਇਨਸ਼ਾਅੱਲਾ, ਕੱਦ ਚੰਗਾ, ਪੁੱਠਾ ਚੌੜਾ, ਨਸਲੀ ਪੂਰੀ ਜੀ, ਪਿਓਰ ਨੀਲੀ ਦੀ ਹੈ, ਪਿਓਰ ਨੀਲੀ ਦੀ ਜੀ। ਮੂੰਹ ਕੀ ਹੈ? ਚੌਗੀ ਜੀ, ਚੌਗੀ ਹੈ, ਹਾਂਜੀ, ਤੇ ਨਸਲ ਦਾ ਨਸਲੀ ਜਾਨੀ ਕਿ? ਹਾਂਜੀ, ਸਾਡੀ ਘਰ ਦੀ ਝੋਟੀ ਜੀ, ਨਸਲੀ। ਅੱਛਾ, ਇਹ ਅਗਰ ਇਹਨਾਂ ਦੀ ਕੋਈ ਘਾਟਾ ਵਾਧਾ ਹੋਇਆ, ਕੋਈ ਸਾਡਾ ਦੋਸਤ ਲਵੇਗਾ ਥਣਾ 'ਚ, ਕੋਈ ਫੁਹਾਰ ਛੱਟਾ, ਕੋਈ ਗਿਲਟੀ ਮਰੋੜੀ, ਤੇ ਤੁਹਾਨੂੰ ਆਉਣ ਜਾਣ ਦਾ, ਹਰ ਗੱਲ ਦੇ ਜ਼ਿੰਮੇਦਾਰ ਜੀ, ਆਉਣ ਜਾਣ ਦਾ ਕਿਰਾਇਆ ਪੈ ਜਾਂਦਾ ਹੈ? ਹਾਂਜੀ ਇਨਸ਼ਾਅੱਲਾ ਜੀ, ਦਿਆਂਗੇ ਜੀ, ਅੱਲਾ ਜੀ ਦਿਆਂਗੇ।
ਤੇ ਕਿੰਨੇ ਦਿਨ ਲੈਂਦੀ ਹੈ? 10 ਕੁ ਦਿਨ ਲਓ। 10 ਕੁ ਦਿਨ ਲੈਂਦੀ ਹੈ ਤੇ ਇਹਦੇ ਹੁਣ ਪਿਆਰ ਆਪਾਂ ਵੇਚਣੀ ਹੈ, ਸੇਲ ਕਰਨੀ ਹੈ, ਪਿਆਰ ਮੁਹੱਬਤ ਵਾਲਾ ਰੇਟ ਕਰਨਾ ਜੋ। ਪਿਆਰ ਮੁਹੱਬਤ ਜੀ ਇਹਦਾ 2,60,000 ਰੁਪਏ। 2,60,000 ਰੁਪਇਆ, ਜ਼ਿਆਦਾ ਨਹੀਂ ਕੀਤੇ ਰੇਟ? ਨਹੀਂ ਜੀ, ਅੱਲਾਹ ਦੀ ਰਹਿਮਤ ਨਾਲ। ਅਤੇ ਇਹਦੀ ਮਾਂ ਦਾ ਕੀ ਹਿਸਾਬ ਕਿਤਾਬ ਸੀ? ਮਾਂ ਜੀ ਇਹਦੀ ਬਹੁਤ ਚੰਗੀ ਸੀ, ਬਹੁਤ ਨਸਲੀ ਸੀ ਜੀ। ਨਸਲੀ ਸੀ? ਹਾਂ ਜੀ। ਅਤੇ ਉਹ ਹੁਣ 2,60,000 ਰੁਪਏ ਵਿੱਚੋਂ ਆਪਣਾ ਕੋਈ ਸੱਜਣ ਵੀਰ ਲਵੇਗਾ ਤਾਂ ਪਿਆਰ ਮੁਹੱਬਤ ਕਰਨੀ ਹੈ ਕਰ ਦੇਵਾਂਗੇ ਜੀ, ਕਿਉਂਕਿ ਮੁਹੱਬਤ ਅਸੀਂ ਲਾਜ਼ਮੀ ਕਰਵਾਉਂਦੇ ਹਾਂ, ਕਿਉਂਕਿ ਪਿਆਰ ਮੁਹੱਬਤ ਨਾਲ ਹੀ ਜਿਹੜੀ ਹੈ ਸਾਰਾ ਕੰਮ ਚੱਲਦਾ ਹੈ। ਹਾਂ ਜੀ। ਲਓ ਮੇਰੇ ਦੋਸਤੋ, 2,60,000 ਰੁਪਏ ਵਿੱਚ ਪਿਆਰ ਮੁਹੱਬਤ, ਅਤੇ ਬਾਕੀ ਜਨਾਬ ਸੌਦਾ ਲੈਣਾ ਦੇਣਾ ਨਸੀਬਾਂ ਨਾਲ ਤੁਹਾਡੇ ਵਾਸਤੇ। ਜਦੋਂ ਵੀ ਜਨਾਬ ਇਹ ਗੁਲਾਮ MTV 'ਤੇ ਕੋਈ ਜਾਨਵਰ ਅਸੀਂ ਲੈ ਕੇ ਆਉਣਾ ਤਾਂ ਕੋਸ਼ਿਸ਼ ਕਰੀ ਪਿਓਰ ਨੀਲੀ ਦਾ ਹੋਵੇ, ਅਤੇ ਦੋਸਤਾਂ ਦੀ ਜਨਾਬ ਨਜ਼ਰ 'ਚ ਹੁੰਦਾ, ਕਿਉਂਕਿ ਕੈਮਰਾ ਜਨਾਬ ਇੱਕ ਦੀਆਂ ਦੋ ਨਹੀਂ ਵਿਖਾਉਂਦਾ, ਹਰ ਚੀਜ਼ ਕੈਮਰੇ ਨਜ਼ਰ 'ਚ ਹੁੰਦੀ ਹੈ। ਲੈਣੇ ਦੇਣੇ ਦੋਸਤੋ ਮੁਕੱਦਰ ਤੁਹਾਡੇ ਵਾਸਤੇ, ਜਨਾਬ ਲੱਭ ਲੱਭ ਕੇ ਪਿਓਰ ਨੀਲੀ ਦੇ ਜਾਨਵਰ ਲਿਆਈਦੇ ਨੇ, ਅਤੇ ਵਿਖਾਓ ਕੈਮਰਾਮੈਨ ਸਾਹਿਬ, ਤਸੱਲੀ ਕਰੋ। 2,60,000 ਰੁਪਏ ਵਿੱਚ ਪਿਆਰ ਮੁਹੱਬਤ, ਅਤੇ ਆਪਣਾ ਨੰਬਰ ਹੁੰਦਾ 0348-0467-88, ਇਹ ਆਪਣਾ ਇਮੋ ਨੰਬਰ ਅਤੇ ਵਟਸਐਪ ਦਾ ਨੰਬਰ ਹੈ। ਤੁਹਾਨੂੰ ਮਿਲਾਂਗੇ ਦੋਸਤੋ ਇੱਕ ਅੱਛੀ ਅਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।